ਮਿਆਂਮਾਰ ਦੇ ਵਿੱਚ ਰੋਹਿੰਗਿਆਈ ਮੁਸਲਮਾਨਾਂ ਦੇ ਉੱਤੇ ਹੋ ਰਹੇ ਅਤਿਆਚਾਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਬੰਗਲਾਦੇਸ਼ ਦੇ ਬਾਰਡਰ ਤੇ ਆ ਰਹੇ ਨੇ, ਜਿਸ ਨੂੰ ਲੈ ਕੇ ਨਾ ਤਾਂ ਉਹਨਾਂ ਦੇ ਕੋਲ ਖਾਣ ਨੂੰ ਕੁਛ ਹੈ ਅਤੇ ਨਾ ਹੀ ਪੀਣ ਨੂੰ। ਇਹਨਾਂ ਦੀ ਮਦਦ ਦੇ ਲਈ ਇੱਕ ਵਾਰ ਫਿਰ ਤੋਂ ਖਾਲਸਾ ਏਡ ਨਾਮਕ ਸੰਸਥਾ ਨੇ ਪਹਿਲ ਕੀਤੀ ਹੈ। ਉਹਨਾਂ ਦੇ ਕੁਛ ਸਾਥੀ ਬੰਗਲਾਦੇਸ਼ ਦੇ ਬਾਰਡਰ ਦੇ ਉੱਤੇ ਪਹੁੰਚ ਚੁੱਕੇ ਨੇ ਅਤੇ ਉਹਨਾਂ ਦੀ ਮਦਦ ਨੂੰ ਲੈ ਕੇ ਅੱਜ ਉਹਨਾਂ ਨੇ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਇੱਕ ਮਾਨਵ ਚੇਨ ਬਣਾ ਕੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਮੇਰਾ ਨਾਮ ਦਮਨਜੀਤ ਸਿੰਘ ਹੈ ਜੀ, ਮੈਂ ਵੀਰੇ ਜਿਵੇਂ ਆਪਾਂ ਸੋਸ਼ਲ ਮੀਡੀਆ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਮਿਆਂਮਾਰ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ, ਜਿਹੜਾ ਰੋਹਿੰਗਿਆ ਮੁਸਲਿਮਸ ਕਮਿਊਨਿਟੀ ਦੇ ਲੋਕ ਆ ਉਹਨਾਂ ਨੂੰ ਉੱਥੋਂ ਕਾਫੀ ਜ਼ਿਆਦਾ ਤਸੀਹੇ ਦੇ ਕੇ ਜਾਂ ਤਸ਼ੱਦਦ ਕਰਕੇ ਕੀਤੇ ਜਾ ਰਹੇ ਹੈ ਅਤੇ ਉਹਨੂੰ ਉਹ ਮਿਆਂਮਾਰ ਤੋਂ ਛੱਡ ਕੇ ਬੰਗਲਾਦੇਸ਼ ਦੇ ਬਾਰਡਰ 'ਤੇ ਆ ਕੇ ਬੈਠੇ ਹੈ। ਠੀਕ ਹੈ ਜੀ, ਪਿਛਲੇ ਕਾਫੀ ਸਮੇਂ ਤੋਂ ਫੇਸਬੁੱਕ 'ਤੇ ਜਾਂ ਬਾਕੀ ਸੋਸ਼ਲ ਮੀਡੀਆ 'ਤੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀਗੀਆਂ ਅਤੇ ਸਾਡੀ ਟੀਮ ਦੇ ਵਿੱਚੋਂ ਕੁਛ ਵੀਰਾਂ ਨੇ ਉਹਨੂੰ ਦੇਖ ਕੇ ਕੁਛ ਇਸ ਪ੍ਰੋਜੈਕਟ ਦੇ ਲਈ ਕੁਛ ਕਰਨ ਦਾ ਜਦੋਂ ਸੋਚਿਆ ਅਤੇ ਸਾਡੀ ਟੀਮ ਦੇ ਦੋ ਵੀਰ ਹੈ ਜਿਹੜੇ ਉਹ ਉੱਥੇ ਮਿਆਂਮਾਰ ਬੰਗਲਾਦੇਸ਼ ਬਾਰਡਰ 'ਤੇ ਪਹੁੰਚ ਗਏ ਹੈ। ਉੱਥੇ ਜਾ ਕੇ ਉਹ ਅਸੈਸਮੈਂਟ ਕਰ ਰਹੇ ਹਾਂ, ਅਸੈਸਮੈਂਟ ਕਰਕੇ ਅਤੇ ਸਾਡਾ ਨੈਕਸਟ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਜੈਕਟ ਆ ਵੀ ਅਸੀਂ ਉੱਥੇ ਬਹੁਤ ਸਾਰੇ ਜਿਹੜੇ ਸ਼ਰਨਾਰਥੀ ਹੈ ਉਹ ਆਏ ਹਾਂ, ਉਹਨਾਂ ਕੋਲ ਨਾ ਤਾਂ ਖਾਣ ਨੂੰ ਰੋਟੀ ਹੈ, ਨਾ ਪੀਣ ਨੂੰ ਪਾਣੀ ਹੈ, ਨਾ ਉਹਨਾਂ ਨੂੰ ਰਹਿਣ ਨੂੰ ਕੋਈ ਜਗ੍ਹਾ, ਉਹ ਸੜਕਾਂ ਦੇ ਆਲੇ ਦੁਆਲੇ ਇੱਦਾਂ ਹੀ ਬੈਠੇ ਹੋਏ ਹਾਂ। ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ? ਅਸੀਂ ਉੱਥੇ ਹਜੇ ਤਾਂ ਇਨੀਸ਼ੀਅਲ ਲੈਵਲ 'ਤੇ ਜਿਹੜਾ ਹੈਗਾ ਉਹ ਗੌਰਮੈਂਟ ਦੇ ਨਾਲ ਮੈਟਰ ਟੇਕਅਪ ਕਰਕੇ ਉੱਥੋਂ ਪਰਮਿਸ਼ਨਸ ਵਗੈਰਾ ਕੁਛ ਉਹਨਾਂ ਦੀਆਂ ਰਿਕੁਆਇਰਡ ਹੁੰਦੀਆਂ, ਉਹ ਪਰਮਿਸ਼ਨ ਲੈ ਕੇ ਅਸੀਂ ਚਾਹੁੰਦੇ ਹਾਂ ਵੀ ਉੱਥੇ ਅਸੀਂ ਇੱਕ ਲੰਗਰ ਦਾ ਸਾਰਾ ਸੈਟਅਪ ਕਰੀਏ, ਜਿਹੜੇ ਉੱਥੇ ਭੁੱਖੇ ਜਾਂ ਪਿਆਸੇ ਉਹ ਬੈਠੇ ਹਾਂ, ਸ਼ਰਨਾਰਥੀ ਬੈਠੇ ਹਾਂ, ਉਹਨਾਂ ਦੇ ਲਈ ਲੰਗਰ ਦਾ ਅਰੇਂਜਮੈਂਟ ਕਰਨ ਦਾ ਸਾਡਾ ਵਿਚਾਰ ਹੈਗਾ। ਇੱਥੇ ਜਿਹੜਾ ਦੁੱਖ ਨਿਵਾਰਨ ਸਾਹਿਬ, ਕਿਉਂਕਿ ਉਸ ਸਾਰੇ ਈਵੈਂਟ ਨੂੰ ਮੈਨੇਜ ਕਰਨ ਦੇ ਲਈ ਸਾਨੂੰ ਫੰਡਸ ਦੀ ਜਾਂ ਅਵੇਅਰਨੈਸ ਦੀ ਵੀ ਲੋੜ ਹੈ, ਜਿਹੜਾ ਤਾਂ ਵੀਰ ਜਾਂ ਭੈਣ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਉਹਨਾਂ ਨੂੰ ਸਾਰੇ ਇਸ ਕ੍ਰਾਈਸਿਸ ਬਾਰੇ ਵੀ ਪਤਾ ਔਰ ਸਾਰੀ ਸਿਚੁਏਸ਼ਨ ਬਾਰੇ ਵੀ ਪਤਾ, ਪਰ ਸੋਸ਼ਲ ਮੀਡੀਆ ਨਾ ਯੂਜ਼ ਕਰਨ ਵਾਲੇ ਲੋਕਾਂ ਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਅਸੀਂ ਇੱਕ ਤਾਂ ਇੱਥੇ ਅਵੇਅਰਨੈਸ ਲਈ ਵੀ ਇੱਦਾਂ ਦਾ ਜਿਹੜਾ ਮਨੁੱਖਤਾ ਦਾ ਘਾਣ ਹੈ ਉਹ ਉਸ ਜਗ੍ਹਾ 'ਤੇ ਹੋ ਰਿਹਾ, ਪਲੱਸ ਉਸ ਉੱਥੇ ਜਿਹੜੇ ਲੰਗਰ ਜਾਂ ਬਾਕੀ ਪ੍ਰੋਜੈਕਟਸ ਦੇ ਲਈ ਇੱਕ ਫੰਡ ਰੇਜ਼ ਕਰਨ ਦੇ ਲਈ ਅਸੀਂ ਇੱਥੇ ਗੁਰਦੁਆਰਾ ਸਾਹਿਬ ਇਕੱਠੇ ਹੋਏ ਹਾਂ ਅਤੇ ਜਿਹੜੀ ਸਾਡੀ ਟੀਮ ਹੈ ਉਹ ਸਾਰੀ ਲੋਕਾਂ ਨੂੰ ਜਾਂ ਸੰਗਤ ਨੂੰ ਅਵੇਅਰ ਕਰਕੇ ਅਤੇ ਉਹਨਾਂ ਤੋਂ ਫੰਡ ਵਗੈਰਾ ਅਸੀਂ ਰੇਜ਼ ਕਰ ਰਹੇ ਹਾਂ ਜਾਂ ਤਾਂ ਕਿ ਜਿਸ ਦੇ ਨਾਲ ਅਸੀਂ ਉੱਥੇ ਹੈਲਪ ਕਰ ਸਕੀਏ। ਗੁਰਪ੍ਰੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਇੱਥੇ ਦੁੱਖ ਨਿਵਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਇੱਥੇ ਪਹੁੰਚੇ ਹਾਂ ਜੀ। ਇੱਥੇ ਜਿਹੜੀ ਖਾਲਸਾ ਦੀ ਟੀਮ ਹੈ ਸਾਰੇ ਵਲੰਟੀਅਰ ਇੱਥੇ ਪਹੁੰਚੇ ਨੇ, ਬੇਸਿਕਲੀ ਜਿਨ੍ਹਾਂ ਨੂੰ ਨੌਲੇਜ ਹੋਏਗੀ। ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ, ਨਿਊਜ਼ 'ਚ ਬਹੁਤ ਜ਼ਿਆਦਾ ਹਾਈਲਾਈਟਡ ਇੱਕ ਇਸ਼ੂ ਸੀਗਾ, ਮਿਆਂਮਾਰ ਦੇ ਵਿੱਚ ਰੋਹਿੰਗਿਆ ਰਿਫਿਊਜੀਜ਼ ਜਿਹੜੇ ਨੇ ਉਹਨਾਂ ਨਾਲ ਕੁਛ ਕ੍ਰਾਈਸਿਸ ਹੋਏ ਨੇ ਅਤੇ ਜਿਹਦੇ ਕਰਕੇ ਉੱਥੋਂ ਅਰਾਊਂਡ 2 ਤੋਂ 3 ਲੱਖ ਦੀ ਜਿਹੜੀ ਆਬਾਦੀ ਆ ਉਹ ਉੱਠ ਕੇ ਬੰਗਲਾਦੇਸ਼ ਪਹੁੰਚੀ ਹੈ। ਨਾ ਉਹਨਾਂ ਕੋਲ ਕੁਛ ਖਾਣ ਨੂੰ ਹੈ ਅਤੇ ਨਾ ਹੀ ਉਹਨਾਂ ਕੋਲ ਰਹਿਣ ਦੀ ਜਗ੍ਹਾ, ਉਹ ਸੜਕਾਂ 'ਤੇ ਬੈਠੇ ਨੇ ਅਤੇ ਉਹਨਾਂ ਵਾਸਤੇ ਸਾਡੀ ਟੀਮ ਬੰਗਲਾਦੇਸ਼ ਪਹੁੰਚ ਚੁੱਕੀ ਹੈ ਜੀ ਅਤੇ ਉਹਨਾਂ ਨੂੰ ਹੈਲਪ ਕਰਨ ਵਾਸਤੇ, ਅਤੇ ਇਸ ਵੇਲੇ ਸਾਡੀ ਉੱਥੇ ਟੀਮ ਅਸੈਸਮੈਂਟ ਕਰ ਚੁੱਕੀ ਹੈ ਅਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਫੂਡ ਦੇਣ ਦੀ ਅਤੇ ਸ਼ੈਲਟਰ ਦੇਣ ਦੀ ਗੱਲ ਜਿਹੜੀ ਹੈ ਉਹ ਅੱਗੇ ਰੱਖੀ ਹੈ ਅਤੇ ਉਸਦੇ ਲਈ ਅਸੀਂ ਇੱਥੇ ਫੰਡ ਰੇਜ਼ ਕਰ ਰਹੇ ਹਾਂ। ਫਿਲਹਾਲ ਅਸੀਂ ਪਟਿਆਲਾ ਦੇ ਅੱਜ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੁਰੂ ਕੀਤਾ, ਬਾਕੀ ਆਲ ਓਵਰ ਪੰਜਾਬ ਦੇ ਵਿੱਚ ਲੁਧਿਆਣਾ, ਚੰਡੀਗੜ੍ਹ, ਜਲੰਧਰ ਸਾਰੇ ਪਾਸੇ ਫੰਡ ਰੇਜ਼ਿੰਗ ਚੱਲ ਰਹੀ ਹੈ। ਬਾਕੀ ਪਟਿਆਲਾ ਦੇ ਵਿੱਚ ਹੀ ਵੱਖ ਵੱਖ ਥਾਵਾਂ 'ਤੇ ਅਲੱਗ ਅਲੱਗ ਮਾਰਕੀਟ, ਸਕੂਲਸ, ਯੂਨੀਵਰਸਿਟੀ ਸਾਰੇ ਪਾਸੇ ਅਸੀਂ ਟਾਰਗੇਟ ਕਰਾਂਗੇ। ਥੈਂਕ ਯੂ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।